भारतीय किसान यूनियन एकता टकौंदा सूबाई मीटिंग बूटा सिंह बुरजगिल की प्रधानगी हेठ हुई है। इस मीटिंग विच समुचे पंजाब विचों 15 जिलों के प्रधान अते सकत्तरां ने भाग लिया। इस मीटिंग दौरान कई अहम मुद्दों के विचार चर्चा की गई है। इस मीटिंग नू लेके गल करदे हां किसान आगू बूटा सिंह बुरजगिल नाल। जी बूटा जी, यह मीटिंग किस मकसद नाल कीती गई है ते इस विच की फैसले लिते गए ने? इस मीटिंग दे मैडम अहम मुद्दे चार सी जी। हां, सब तो पहला तां जो भाखड़ा डैम दी मैनेजमेंट है ना, जिहदे विच पंजाब और हरियाणा भी शामिल है, उस मैनेजमेंट दे विच तीन हेड वर्कर्स पैंदे आ, इक हरीका पैंदा, दूजा नंगल पैंदा ते तीसरा ਮਾਧੋਪੁਰ ਪੈਂਦਾ ਜੀ। ਇਹ ਤਿੰਨਾਂ ਦਾ ਇੱਕ ਮੈਨੇਜਮੈਂਟ ਬੋਰਡ ਬਣਿਆ ਹੋਇਆ ਜਿਹਦੇ ਵਿੱਚ ਪੰਜਾਬ ਦੀ ਔਰ ਹਰਿਆਣੇ ਦੀ ਹਿੱਸੇਦਾਰੀ ਆ। ਹੁਣ ਕੇਂਦਰ ਸਰਕਾਰ ਨੇ ਪੰਜਾਬ ਔਰ ਹਰਿਆਣੇ ਦਾ ਹਿੱਸਾ ਖਤਮ ਕਰਕੇ ਆਪਦੇ ਹੱਥ ਦੇ ਵਿੱਚ ਲੈ ਰਿਹਾ ਇਹਨੂੰ, ਪਾਣੀਆਂ ਦੇ ਮੁੱਦੇ ਨੂੰ, ਸਮੁੱਚੇ ਨੂੰ ਜੀ। ਇਸ ਕਰਕੇ ਪੰਜਾਬ ਦੇ ਲਈ ਬਹੁਤ ਘਾਤਕ ਸਿੱਧ ਹੋਏਗਾ। ਇੱਕ ਤਾਂ ਧਰਤੀ ਹੇਠਲਾ ਪਾਣੀ ਬੜਾ ਡੂੰਘਾ ਜਾ ਰਿਹਾ, ਤੇ ਅਗਰ ਪੰਜਾਬ ਤੋਂ ਪਾਣੀ ਪੰਜਾਬ ਦਾ ਖੋਸਦਾ ਤਾਂ ਧਰਤੀ ਰੇਗਿਸਤਾਨ ਬਣ ਜਾਊਗੀ ਪੰਜਾਬ ਦੀ। ਇਸ ਕਰਕੇ ਇਹਨੂੰ ਅਸੀਂ ਅਹਿਮੀਅਤ ਦਿੰਦੇ ਹੋਏ ਮਤਲਬ ਇਹਨੂੰ ਗੰਭੀਰਤਾ ਦੇ ਨਾਲ ਲਿਆ। ਤੇ ਦੂਸਰਾ ਮੁੱਦਾ ਹੈਗਾ ਮਤਲਬ ਜਿਹੜਾ ਚੰਡੀਗੜ੍ਹ ਵੀ ਹੈ ਯੂਟੀ ਦੇ ਅਧੀਨ ਆਉਂਦਾ ਜੀ, ਉਹਦੇ ਵਿੱਚ ਜਿਹੜੀ 60-40 ਦੀ ਰੇਸ਼ੋ ਹੈ ਉਹਦੇ ਮੁਲਾਜ਼ਮ ਜਾਂ ਉਹਦੀ ਜੋ ਅਫਸਰਸ਼ਾਹੀ ਹੈ ਉਹ ਪੰਜਾਬ ਦੇ 60% ਹੁੰਦੇ, 40% ਬਾਹਰਲੇ ਹੁੰਦੇ ਆ ਜੀ। ਉਹ ਵੀ ਘਟਾ ਕੇ ਮਤਲਬ ਉਹ 60-40 ਉਲਟਾ ਕੀਤਾ ਜਾ ਰਿਹਾ। ਤੀਸਰਾ ਮੁੱਦਾ ਹੈਗਾ ਜਿਹੜਾ ਲਖੀਮਪੁਰ ਦੀ ਘਟਨਾ ਸੀਗੀ, ਜਿਹੜਾ ਅਜੇ ਮਿਸ਼ਰਾ ਦਾ ਮਤਲਬ ਲੜਕਾ ਅਸ਼ੀਸ਼ ਮਿਸ਼ਰਾ, ਉਹਨੇ ਚਾਰ ਕਿਸਾਨ ਇੱਕ ਪੱਤਰਕਾਰ ਨੂੰ ਦਰੜ ਕੇ ਮਾਰਤਾ ਸੀ, ਤੇ ਜਿਹੜੀ ਉੱਥੇ ਸਿੱਟ ਬਣੀ ਸੀ ਸਿੱਟ ਨੇ ਉਹਨੂੰ ਦੋਸ਼ੀ ਕਰਾਰ ਦਿੱਤਾ ਸੀ ਕਿ ਇੱਕ ਸਾਜ਼ਿਸ਼ ਤਹਿਤ ਬੰਦੇ ਮਾਰੇ ਗਏ ਆ ਜੀ। ਉਹਦੀ ਜ਼ਮਾਨਤ ਦਾ ਕੋਈ ਆਧਾਰ ਨੀ ਬਣਦਾ, ਜਿਹਨੇ 5 ਕਤਲ ਕੀਤੇ ਹੋਣ ਤੇ ਉਹਨੂੰ ਮਤਲਬ ਬੇਲ ਮਿਲ ਜੇ, ਇਹ ਕੋਈ ਆਧਾਰ ਨੀ ਹੈ। ਸਿਆਸੀ ਆਧਾਰ ਤੇ ਕੋਰਟਾਂ ਦੇ ਉੱਪਰ ਦਬਾਅ ਪਾ ਕੇ ਮਤਲਬ ਉਹ ਜਿਹੜੀ ਉਹਨੂੰ ਬੇਲ ਦਿੱਤੀ ਹੈ ਉਹਦਾ ਵੀ ਅਸੀਂ ਵਿਰੋਧ ਕਰਦੇ ਹਾਂ, ਸਖ਼ਤ ਨੋਟਿਸ ਲੈਂਦੇ ਹਾਂ। ਚੌਥਾ ਮੁੱਦਾ ਹੈਗਾ ਜੋ ਰੂਸ ਵੱਲੋਂ ਯੂਕਰੇਨ ਤੇ ਹਮਲਾ ਕੀਤਾ ਜਾ ਰਿਹਾ, ਇਹਨੂੰ ਅਸੀਂ ਦੇਖਦੇ ਹਾਂ ਕਿ ਅਸਲ ਦੇ ਵਿੱਚ ਜਿਹੜਾ ਮਨੁੱਖਤਾ ਦਾ ਘਾਣ ਕੀਤਾ ਜਾ ਰਿਹਾ, ਜੇ ਕੋਈ ਰੱਟਾ ਹੈ ਤਾਂ ਗੱਲਬਾਤ ਰਾਹੀਂ ਮਸਲੇ ਹੱਲ ਕੀਤੇ ਜਾ ਸਕਦੇ ਆ, ਪਰ ਇਹਦੇ ਪਿੱਛੇ ਲੁੱਟ ਦਾ ਸਵਾਲ ਹੈ, ਕਿਉਂਕਿ ਯੂਕਰੇਨ ਦੇ ਵਿੱਚ ਜਿਹੜੇ ਕੁਦਰਤੀ ਸੋਮੇ ਆ ਉਹਨਾਂ ਦੇ ਵਿੱਚ ਸਿਉਣੇ ਦੀਆਂ ਖਾਣਾਂ ਦਾ ਸਵਾਲ ਹੈ, ਕੋਲੇ ਦੀਆਂ ਖਾਣਾਂ ਦਾ ਸਵਾਲ ਹੈ, ਗੈਸ ਦਾ ਸਵਾਲ ਆ, ਉਹਨਾਂ ਤੇ ਕਬਜ਼ਾ ਕਰਨ ਦੇ ਲਈ ਇਹ ਮਾੜੇ ਮਨਸੇ ਦੇ ਨਾਲ ਮਤਲਬ ਕਬਜ਼ਾ ਕਰਨ ਦੇ ਲਈ ਮਤਲਬ ਛੋਟਾ ਮੁਲਕ ਹੋਣ ਕਰਕੇ ਉਹਦੇ ਤੇ ਹਮਲਾ ਕੀਤਾ ਜਾ ਰਿਹਾ ਜਿੱਥੇ ਮਨੁੱਖਤਾ ਦਾ ਘਾਣ ਹੋ ਰਿਹਾ, ਸਹਿਣ ਕਰਨ ਯੋਗ ਨੀ ਹੈ। ਅਸੀਂ ਇਹ ਚਾਰਾਂ ਮੁੱਦਿਆਂ ਨੂੰ ਲੈ ਕੇ ਨਾ 7 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ 23 ਜਥੇਬੰਦੀਆਂ ਵੱਲੋਂ ਇੱਕ ਰੋਸ ਪ੍ਰਦਰਸ਼ਨ ਕਰ ਰਹੇ ਹਾਂ, ਔਰ ਡੀਸੀਆਂ ਦੇ ਰਾਹੀਂ ਮਤਲਬ ਕੇਂਦਰ ਸਰਕਾਰ ਤੱਕ ਇਹ ਮੰਗ ਪੱਤਰ ਪਹੁੰਚਦੇ ਕਰਾਂਗੇ। ਜ਼ੋਰਦਾਰ ਮਤਲਬ ਇਹਦੇ ਜਿਹੜੇ ਰੋਸ ਮੁਜ਼ਾਹਰੇ ਹੋਣਗੇ, ਤੇ 4 ਤਰੀਕ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਰਕਾਰ ਮੌਜੂਦਾ ਸਰਕਾਰ ਹੈ ਨੀ ਪੰਜਾਬ ਦੇ ਵਿੱਚ, ਤੇ ਗਵਰਨਰ ਨੂੰ ਵੀ ਇੱਕ ਮੰਗ ਪੱਤਰ ਅਸੀਂ ਭੇਜ ਰਹੇ ਹਾਂ। ਅੱਜ ਸਾਰੇ ਡਿਸਟ੍ਰਿਕਟਾਂ ਦੀਆਂ ਮੀਟਿੰਗਾਂ ਹੋ ਜਾਣੀਆਂ, ਪੂਰੀ ਤਿਆਰੀ ਹੋ ਜਾਣੀ ਹੈ, ਬਹੁਤ ਵੱਡੇ ਪ੍ਰਦਰਸ਼ਨ ਹੋਣ ਜਾ ਰਹੇ ਹੈ, ਚਾਰ ਅਹਿਮ ਫੈਸਲੇ ਅਸੀਂ ਕੱਲ ਲਏ ਹੈ ਮੀਟਿੰਗ ਦੇ ਵਿੱਚ ਜੀ। ਜੀ ਬੂਟਾ ਜੀ, ਭਾਖੜਾ ਬਿਆਸ ਮੈਨੇਜਮੈਂਟ ਨੂੰ ਲੈ ਕੇ ਮੋਦੀ ਸਰਕਾਰ ਨੇ ਫੈਸਲਾ ਲਿਆ, ਉਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ? ਉਹੀ ਅਸੀਂ ਕਹਿੰਦੇ ਹਾਂ ਵੀ ਪੰਜਾਬ ਦੇ ਨਾਲ ਪਹਿਲਾਂ ਹੀ ਵਿਤਕਰਾ ਹੋ ਰਿਹਾ ਹੈ, ਪੰਜਾਬ ਦੇ ਕੋਲ ਜਿਹੜਾ ਪਾਣੀ ਹੈ ਪਹਿਲਾਂ ਹੀ ਆਪਣੇ ਜੋਗਾ ਪਾਣੀ ਹੈ, ਉਹਦੇ ਤੇ ਕੋਈ ਜੇ ਬਾਹਰ ਨੂੰ ਦੇਖੋ ਜਦੋਂ ਕਿਸੇ ਸਟੇਟ ਤੋਂ ਚੀਜ਼ ਲੈ ਕੇ ਆਉਂਦੇ ਹਾਂ, ਕੋਈ ਪੱਥਰ ਲੈ ਕੇ ਆਉਂਦੇ ਹਾਂ, ਰੇਤਾ ਲੈ ਕੇ ਆਉਂਦੇ ਹਾਂ, ਕੋਲਾ ਲੈ ਕੇ ਆਉਂਦੇ ਹਾਂ, ਹਰ ਉੱਪਰ ਰਿਐਲਿਟੀ ਹੈ, ਮਤਲਬ ਉਹਦਾ ਕੀਮਤ ਵਸੂਲੀ ਜਾਂਦੀ ਹੈ, ਪਰ ਪੰਜਾਬ ਦੇ ਕੋਲ ਕੁਦਰਤੀ ਸੋਮਾ ਇੱਕੋ ਹੀ ਹੈ, ਪਾਣੀ ਹੈ ਪੰਜਾਬ ਦੇ ਕੋਲ, ਹੋਰ ਕੋਈ ਕੁਦਰਤੀ ਸੋਮਾ ਨੀ ਹੈ ਇਹਦੇ ਕੋਲ, ਤੇ ਉਹਦੇ ਤੇ ਕੋਈ ਰਿਐਲਿਟੀ ਨੀ ਦਿੱਤੀ ਜਾ ਰਹੀ, ਪਹਿਲਾਂ ਹੀ ਪਾਣੀ ਫ੍ਰੀ ਦੇ ਰੂਪ ਦੇ ਵਿੱਚ ਦਿੱਤਾ ਜਾ ਰਿਹਾ ਹੈ। ਅਗਰ ਇਹਦੀ ਮੈਨੇਜਮੈਂਟ ਟੁੱਟ ਕੇ ਮਤਲਬ ਉਹਦੇ ਚ ਪੰਜਾਬ ਦਾ ਹਿੱਸਾ ਹੀ ਖਤਮ ਹੋ ਜਾਂਦਾ, ਤਾਂ ਬਹੁਤ ਵੱਡਾ ਖਤਰਾ ਸਿਰ ਤੇ ਮੰਡਰਾ ਰਿਹਾ। ਇੱਕ ਚੇਅਰਮੈਨ ਕੋਈ ਇਹਦਾ ਮੈਨੇਜਮੈਂਟ ਦਾ ਪੰਜਾਬ ਦਾ ਹੋਣਾ ਜਾਂ ਹਰਿਆਣੇ ਦਾ ਹੋਣਾ, ਉਹਨੂੰ ਛੱਡ ਕੇ ਕਿਤੇ ਬਾਹਰੀ ਸਟੇਟ ਦਾ ਹੋਣਾ, ਇਹ ਅਨਿਆ ਹੋਊਗਾ ਪੰਜਾਬ ਦੇ ਨਾਲ, ਇਸ ਕਰਕੇ ਅਸੀਂ ਇਹਨੂੰ ਗੰਭੀਰਤਾ ਨਾਲ ਲਿਆ ਜੀ। ਜੀ ਬੂਟਾ ਜੀ, ਜੇਕਰ ਮੋਦੀ ਸਰਕਾਰ ਆਪਣਾ ਫੈਸਲਾ ਵਾਪਸ ਨਹੀਂ ਲੈਂਦੀ ਤਾਂ ਕਿਸਾਨ ਜਥੇਬੰਦੀਆਂ ਦਾ ਅਗਲਾ ਕਦਮ ਕੀ ਹੋਵੇਗਾ? ਅਗਲਾ ਕਦਮ ਅਸੀਂ ਦੁਬਾਰਾ ਮੀਟਿੰਗ ਫੇਰ ਕਰਕੇ ਫਿਰ ਇਹਦੇ ਤੇ ਅਹਿਮ ਮੋਰਚਾ ਲਾਉਣ ਦੀ ਕੋਈ ਕੋਸ਼ਿਸ਼ ਕਰਾਂਗੇ ਜੀ। ਜੀ ਬੂਟਾ ਜੀ, ਇਸ ਸਭ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਸ਼ ਦੁਨੀਆ ਦੀਆਂ ਨਵੀਆਂ ਤੇ ਤਾਜ਼ੀਆਂ ਤਰੀਨ ਖਬਰਾਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਬੈਲ ਆਈਕਨ ਤੇ ਕਲਿੱਕ ਜ਼ਰੂਰ ਕਰੋ।